सीरियसली स्पाइसी। हेलो गाइस, वेलकम बैक टू आवर चैनल। हेलो, की हाल है सारेयां दे? होर बाबियो ठीक हो सारे? गाइस, काफी दिन हो गए सानू हारवे नाम आउंदे नु, ते अज फेर आए सीगे। मैं दसदी आ, क्योंकि मैं अमे सिम लिया होया सीगा, कनेक्शन ते ओदा बहुत ही ज्यादा मतलब की नेटवर्क इश्यूज आउंदे सीगे मेनू, ਕਿਤੇ ਕਿਤੇ ਤਾਂ ਬਿਲਕੁਲ ਹੀ ਕੰਮ ਨਹੀਂ ਸੀ ਕਰਦਾ। ਸੋ ਮੈਂ ਚੇਂਜ ਕਰਵਾਉਣਾ ਸੀਗਾ ਆਪਟਸ 'ਚ, ਸੋ ਕਾਫੀ ਦਿਨ ਹੋ ਗਏ ਸੀ ਮੇਰਾ ਨੰਬਰ ਪੋਰਟ ਨਹੀਂ ਹੋ ਰਿਹਾ ਸੀਗਾ। ਸੋ ਗਾਇਸ, ਪਤਾ ਕੀ ਚੱਕਰ ਸੀਗਾ, ਇਹਨੇ ਐਮਏ ਸਿਮ ਤੋਂ ਤਾਂ ਪੋਰਟ ਆਊਟ ਕਰਵਾ ਲਿਆ ਤੇ ਦੂਸਰੇ 'ਚ ਪੋਰਟ ਇਨ ਹੋ ਨਹੀਂ ਰਿਹਾ ਸੀਗਾ। ਉਹ ਅੱਧੋ ਚਾਲੇ ਨੰਬਰ ਸਟੱਕ ਸੀਗਾ, ਨਾ ਐਮਏ ਸਿਮ ਵਾਲਿਆਂ ਕੋਲ ਸੀਗਾ ਨਾ ਆਪਟਸ ਵਾਲਿਆਂ ਕੋਲ ਸੀਗਾ। ਸਲਾਮ ਹੈ ਕਿਤੇ ਕਾਲ ਕਰ ਪਾਈ ਸੀ, ਕਿਤੇ ਕੁਝ ਨਹੀਂ ਸੀ ਹੋ ਰਿਹਾ। ਜ਼ਿਆਦਾ ਟੈਨਸ਼ਨ ਹੋ ਗਈ ਸੀ ਵੀ ਸਾਡਾ ਨੰਬਰ ਨਾ ਚਲ ਜੇ, ਵੀ ਬੰਦ ਹੋ ਜੇ, ਕਿਉਂਕਿ ਸਾਡਾ ਨੰਬਰ ਕਾਫੀ ਜਗ੍ਹਾ ਤੇ ਰਜਿਸਟਰ ਕੀਤਾ ਹੋਇਆ ਸੀਗਾ, ਤੇ ਸਾਨੂੰ ਬੜੀ ਸਟ੍ਰੈਸ ਹੋ ਗਈ ਸੀ ਵੀ ਨੰਬਰ ਇਹ ਨਾ ਹੋਵੇ ਕਿਸੇ ਨੂੰ ਨੰਬਰ ਹੀ ਨਾ ਮਿਲੇ ਹਨਾ ਦੁਬਾਰਾ। ਬਿਲਕੁਲ। ਤੇ ਕਿਉਂਕਿ ਆਪਣੇ ਕਾਫੀ ਜਗ੍ਹਾ ਨੰਬਰ ਵੀ ਦਿੱਤਾ ਹੁੰਦਾ ਆਪਣੇ ਫਰੈਂਡਸ ਨੂੰ, ਆਪਣੀ ਫੈਮਿਲੀ ਨੂੰ, ਤੇ ਹੋਰ ਵੀ ਕੰਮ ਦੀ ਜਗ੍ਹਾ ਦਾ ਨੰਬਰ ਦਿੱਤਾ ਹੁੰਦਾ। ਤੇ ਚਾਹੀਦਾ ਸੀਗਾ, ਉਹਨਾਂ ਨੇ ਸਾਨੂੰ ਇਹ ਵੀ ਕਹਿਤਾ ਸੀਗਾ ਵੀ, ਕਿਉਂਕਿ ਉਹਨਾਂ ਦੀ ਗਲਤੀ ਸੀਗੀ, ਉਹਨਾਂ ਨੇ ਸਾਨੂੰ ਇਹ ਵੀ ਕਹਿਤਾ ਸੀ ਵੀ ਅਸੀਂ ਤੁਹਾਨੂੰ $200 ਗਿਫਟ ਕਾਰਡ ਦੇ ਦਿੰਦੇ ਹਾਂ ਹਰਵਿਨ ਨੋਮਨ ਦਾ, ਵੀ ਤੁਸੀਂ ਨਵਾਂ ਨੰਬਰ ਲੈ ਲਓ। ਅਸੀਂ ਕਿ ਨਹੀਂ, ਅਸੀਂ ਨਵਾਂ ਨੰਬਰ ਨਹੀਂ ਲੈਣਾ, ਵੀ ਅਸੀਂ ਆਹੀ ਨਹੀਂ ਲੈਣਾ ਤੇ ਨਹੀਂ ਲੈਣਾ, ਜਿਵੇਂ ਮਰਜ਼ੀ ਕਰਕੇ ਸਾਨੂੰ ਇਹ ਨੰਬਰ ਦਿਓ। ਫਿਰ ਉਹਨਾਂ ਨੇ ਆਸਟ੍ਰੇਲੀਆ ਦੀ ਪੋਰਟ ਟੀਮ ਹੁੰਦੀ ਹੈ ਜਿਹੜੀ, ਇਹਨਾਂ ਦੀ ਸਾਰੇ ਪ੍ਰੋਵਾਈਡਰਸ ਦੀ ਪੋਰਟ ਟੀਮ ਹੁੰਦੀ ਹੈ ਇੱਕ, ਮੈਨੂੰ ਵੀ ਇਹਨਾਂ ਦੀ ਪਤਾ ਲੱਗਾ। ਇਹਨਾਂ ਨੇ ਉਹਨਾਂ ਨਾਲ ਕੰਟੈਕਟ ਕੀਤਾ ਤੇ ਬੜੀ ਮੁਸ਼ਕਿਲ ਨਾਲ ਅਸੀਂ 3-4 ਗੇੜੇ ਲਾਏ ਨੇ ਹਾਰਵੇ ਨੋਮਨ ਦੇ ਹੁਣ ਤੱਕ, ਤੇ ਅੱਜ ਚੌਥੇ ਦਿਨ ਸਾਡਾ ਫਾਈਨਲੀ ਉਹ ਹੋਇਆ, ਪੋਰਟ ਹੋ ਗਿਆ ਨੰਬਰ। ਸੋ ਇਸ ਗੱਲੋਂ ਸਾਨੂੰ ਰਿਲੀਫ ਮਿਲ ਗਿਆ ਜੀ। ਐਂਡ ਉਹਨਾਂ ਨੇ ਵਿਚਾਰਿਆਂ ਨੇ ਸਾਨੂੰ ਇੱਕ ਗਿਫਟ ਕਾਰਡ ਦਿੱਤੇ, ਦੋ ਗਿਫਟ ਕਾਰਡ ਦਿੱਤੇ, ਨਾਲੇ ਵਿਚਾਰਿਆਂ ਨੇ ਉਹ ਦਿੱਤਾ, ਨਾਲੇ ਇੱਕ ਜਿਹੜਾ ਹੁੰਦਾ ਆ ਪੋਰਟੇਬਲ ਚਾਰਜਰ ਹੁੰਦਾ ਆ, ਪੋਰਟੇਬਲ ਚਾਰਜਰ ਦਿੱਤਾ ਜਿਹੜਾ ਆਈਫੋਨ ਦੀ ਬੈਕ ਸਾਈਡ ਤੇ ਲੱਗਦਾ। ਯੈਸ, ਤੇ ਬਾਕੀ ਕੀਤਾ ਤਾਂ ਬੜਾ ਹਨਾ, ਬਟ ਉਹਨਾਂ ਨੂੰ ਐਦਾਂ ਲੱਗਿਆ ਵੀ ਸਾਨੂੰ ਕਾਫੀ ਹਰਾਸ਼ਮੈਂਟ ਹੋਈ ਆ ਹਨਾ, 3-4 ਦਿਨ ਹੋ ਗਏ ਸੀਗੇ ਸਾਨੂੰ ਵਿਜ਼ਿਟ ਕਰਦੇ ਨੂੰ। ਸੋ ਹੁਣ ਅਸੀਂ ਚੱਲੇ ਸੀਗੇ ਇੰਡੀਅਨ ਗ੍ਰੋਸਰੀ ਸਟੋਰ, ਤੇ ਅਸੀਂ ਉੱਥੋਂ ਚੀਜ਼ੀਆਂ ਬਾਏ ਕਰਾਂਗੇ ਜਿਹੜੀਆਂ ਅਸੀਂ ਕਦੇ ਵੀ ਪਹਿਲਾਂ ਟੇਸਟ ਨਹੀਂ ਕੀਤੀਆਂ, ਤੇ ਤੁਹਾਨੂੰ ਦੱਸਾਂਗੇ ਵੀ ਸਾਨੂੰ ਮਤਲਬ ਘਰ ਦੇ ਵੀ ਟਰਾਈ ਕਰਨਗੇ, ਅਸੀਂ ਵੀ ਕਰਾਂਗੇ ਕਿ ਸਾਨੂੰ ਵਧੀਆ ਲੱਗਦਾ ਜਾਂ ਕਿਵੇਂ ਲੱਗਦਾ ਹਨਾ। ਸੋ ਅਸੀਂ 10 ਚੀਜ਼ਾਂ ਬਾਏ ਕਰਾਂਗੇ ਜਿਹੜੀਆਂ ਕਿ ਅਸੀਂ ਕਦੇ ਵੀ ਟਰਾਈ ਨਹੀਂ ਕੀਤੀਆਂ ਆਪਣੀ ਜ਼ਿੰਦਗੀ 'ਚ, ਕਿਉਂਕਿ ਇੰਡੀਅਨ ਗ੍ਰੋਸਰੀ ਦੇ ਵਿੱਚ ਕਾਫੀ ਅਲੱਗ ਅਲੱਗ ਸਟੇਟਸ ਦੀਆਂ ਚੀਜ਼ਾਂ ਵੀ ਆ ਜਾਂਦੀਆਂ ਨੇ। ਅਸੀਂ ਪਹੁੰਚ ਗਏ ਹਾਂ ਤੇ ਪਹਿਲੀ ਚੀਜ਼ ਇੰਦਰ ਨੂੰ ਦੇਖੀ ਆ। ਮੈਨੇ ਰੀਅਲ ਦੀ ਹਨਾ, ਬਾਕੀ ਸਾਰੇ ਡ੍ਰਿੰਕਸ ਪੀਤੇ ਹੀ ਨੇ ਹਨਾ, ਮਤਲਬ ਕਿ ਆਮ ਪੰਨਾ ਮੈਂ ਕਦੇ ਨਹੀਂ ਟੇਸਟ ਕੀਤੀ। ਆਮ ਪੰਨਾ ਮੈਂ ਵੀ ਪਹਿਲੀ ਵਾਰ ਦੇਖ ਰਹੀ ਹਾਂ। ਸੋ ਪਹਿਲੀ ਚੀਜ਼ ਮੈਂ ਬਾਏ ਕਰ ਲਈ ਹੁਣ ਤੋਂ। ਅੱਛਾ, ਇਹ ਵਾਲੀ ਦੇਖ ਜੀ ਨੂੰ ਟਰਾਈ ਕਰਕੇ। ਇਹ ਫਾਲਸ ਆ, ਬਟ ਮੈਨੂੰ ਆ ਇਹ ਵੀ ਜਾਮਣ ਹੀ ਆ, ਸਾਰੇ ਦੇਖ ਜਾਮਣ। ਆ ਜਾਮਣ ਆ। ਉਹ ਵੀ ਜਾਮਣ ਆ। ਉਹ ਜਾਮਣ ਨਹੀਂ ਆ। ਜਾਮਣ ਬਣੀ ਹੋਈ ਆ ਬਾਬੇ। ਦੋਨੇ ਹੀ ਨਹੀਂ ਵੈਸੇ ਤਾਂ ਅਸੀਂ ਟਰਾਈ ਕੀਤੀ, ਮੈਂ ਕੀਰਤ ਨੂੰ ਕਿਹਾ ਆ ਵਾਲੀ ਟਰਾਈ ਕਰਨਾ ਸੀ। ਇਹ ਵੀ ਜਾਮਣ ਆ ਗਈ ਨੂੰ। ਵੀ ਆ ਚੂਜ਼ ਕੀਤੀ ਆ ਫਾਲਸ ਆ ਫਰੋਮ ਪਾਕਿਸਤਾਨ। ਇਹ ਫਿਰ ਇੰਦਰ ਨੇ ਆ ਦੋਨਾਂ ਚ, ਬਟ ਮੈਨੂੰ ਇਹ ਨਹੀਂ ਪਤਾ ਵੀ ਜਾਮਣਾਂ ਦੀ ਆ, ਬਟ ਜਾਮਣਾਂ ਬਣੀਆਂ ਹੋਈਆਂ ਨੇ, ਜਾਮਣੀ ਹੋਣੀ। ਉਹ ਜਾਮਣ ਵਾਲੀ ਐਸ ਤਾਂ ਕਿਉਂ ਫਿਰ ਜੇ ਜਾਮਣ ਨਾ ਨਿਕਲੀ। ਬਸ ਠੀਕ ਆ, ਹੁਣ ਡਰਿੰਕ ਲੈ ਲਈ, ਹੁਣ ਕੁਝ ਹੋਰ ਲੈਂਦੇ ਆ। ਠੀਕ ਆ, ਦੋ ਚੀਜ਼ਾਂ ਹੋ ਗਈਆਂ, 8 ਚੀਜ਼ਾਂ ਹੋਰ ਲੈਣੀਆਂ ਆਪਾਂ ਨੇ। ਬਾਬੇ ਡੋਨਟ ਟੈਲ ਮੀ, ਤੂੰ ਕਹੇ ਕਦੇ ਟਰਾਈ ਨਹੀਂ ਕੀਤਾ। ਨਹੀਂ, ਇਹ ਮੈਂ ਵੈਸੇ ਲੈਣਾ, ਮੈਂ 3600 ਵਾਰ ਤਾਂ ਇਹ ਖਾ ਲਿਆ। ਇੱਦਾਂ ਹੀ ਚੀਜ਼ ਲੈਣੀ ਆ ਜਿਹੜੀ ਕਦੇ ਟਰਾਈ ਨਹੀਂ ਕੀਤੀ ਹੋਣੀ। ਓਕੇ, ਸੋ ਮੈਨੂੰ ਇੱਕ ਫਾਇਰ ਪੂਰੀ ਮਿਲੀ ਆ, ਸੀਰੀਅਸਲੀ ਸਪਾਈਸੀ, ਇਹ ਆਪਾਂ ਇੰਦਰ ਤੋਂ ਟਰਾਈ ਕਰਾਵਾਂਗੇ। ਬਾਬੇ ਤੂੰ, ਤੈਨੂੰ ਵੀ ਕਰਨੀ ਪੈਣੀ ਆ। ਹਾਂ ਹਾਂ ਠੀਕ ਆ, ਔਖੇ ਹੋਵਾਂਗੇ, ਬੜਾ ਸਪਾਈਸੀ ਫੂਡ ਨਾ ਲੈ ਉਸਤਾਦ। ਓਕੇ, ਇਹ ਵਾਲੇ ਸੈਕਸ਼ਨ 'ਚ ਕਾਫੀ ਚੀਜ਼ਾਂ ਨੇ ਜਿਹੜੀਆਂ ਸੀ, ਇਹ ਆਈ ਥਿੰਕ ਇਹ ਸਾਊਥ ਇੰਡੀਆ ਦੀਆਂ ਚੀਜ਼ੀਆਂ ਨੇ, ਸਾਊਥ ਇੰਡੀਆ 'ਚੋਂ। ਐਂਡ ਬਨਾਨਾ ਚਿਪਸ ਨਹੀਂ ਅਸੀਂ ਕਦੇ ਵੀ ਟਰਾਈ ਕੀਤਾ, ਇੱਕ ਮੈਂ ਇਹ ਚੱਕਿਆ, ਸਵੀਟਨ ਵੀ ਆ, ਬਟ ਆਈ ਥਿੰਕ ਆਪਾਂ ਨੋਰਮਲ ਲਵਾਂਗੇ। ਓਕੇ, ਕਿੰਨੀਆਂ ਹੋ ਗਈਆਂ ਉਸਤਾਦ? 4 ਹੋ ਗਈਆਂ, 6 ਹੋਰ ਲੈਣੀਆਂ ਜੀ। ਇੱਕ ਸਾਨੂੰ ਆਹ ਲੱਗੀ ਆ ਵੀ ਅਸੀਂ ਕਦੇ ਟਰਾਈ ਨਹੀਂ ਕੀਤੀ। ਇਹ ਤਾਂ ਮੈਨੂੰ ਨਹੀਂ ਪਤਾ, ਟਰਾਈ ਕਰਕੇ ਪਤਾ ਲੱਗੂਗਾ ਕੀ ਆ। ਮੱਠੀ ਲੱਗ ਰਹੀ ਆ, ਬੱਕਰੀ ਲਿਖਿਆ, ਮੇਥੀ ਬੱਕਰੀ ਲਿਖਿਆ ਆ, ਬੱਕਰੀ ਮੇਥੀ ਕਿਹੜਾ ਨਹੀਂ ਹੈ? ਕੋਰੀਐਂਡਰ ਚਿਲੀ ਲੈ ਬਾਬੇ, ਹੋਣੀ ਮੇਥੀ ਵਾਲਾ ਕੋਰੀਐਂਡਰ। ਆਹ ਕੋਰੀਐਂਡਰ ਕੀ ਹੋਊਗਾ ਇੰਦੇ ਚ? ਕੁਝ ਨਹੀਂ ਹੁੰਦਾ, ਚਿੱਲੀ ਵਾਲੀ ਚੱਲਣ ਦੇ ਅੱਜ। ਨਹੀਂ, ਮੇਥੀ ਵਾਲਾ ਠੀਕ ਆ, ਕੀ ਆ ਠੀਕ ਆ, ਚਲ ਮੇਥੀ ਵਾਲਾ ਲੈ ਲਾ, ਬਜਰੀ ਮੇਥੀ ਕਾਂਡ ਆ ਠੀਕ ਆ। ਹੁਣ ਕਿ ਰਹਿ ਗਈਆਂ? 5 ਚੀਜ਼ਾਂ, 5 ਰਹਿ ਗਈਆਂ ਬਾਬੇ, 5 ਹੋ ਗਈ, 5 ਹੋ ਗਈਆਂ, 5 ਰਹਿ ਗਈਆਂ। ਅੱਛਾ, ਇਹ ਤਾਂ ਮੈਨੂੰ ਲੱਗਦਾ ਕੁਰਕਰੇ ਵਰਗਾ ਹੋਣਾ। ਚਟਨੀ ਚਟਾਕਾ ਇਹ ਲੈ ਲਾ, ਇਹ ਤਾਂ ਕੁਰਕਰੇ ਵਰਗਾ ਲੱਗ ਰਿਹਾ ਨਹੀਂ, ਚਟਨੀ ਚਟਾਕਾ। ਸੋ ਇਹ ਅਸੀਂ ਕਦੇ ਟਰਾਈ ਨਹੀਂ ਕੀਤਾ, ਕੁਰਕਰੇ ਵਾਂਗ ਲੱਗ ਰਿਹਾ ਵੈਸੇ ਮੈਨੂੰ। ਲੈਟਸ ਸੀ, 4 ਚੀਜ਼ਾਂ ਰਹਿ ਗਈਆਂ ਬਾਬੇ। ਹੁਣ ਅਸੀਂ ਉਰੇ ਆਏ ਹਾਂ ਦੇਖਣ ਵਾਸਤੇ ਵੀ ਇੱਥੋਂ ਵੀ ਕੋਈ ਚੀਜ਼ ਹੀ ਲੈਂਦੇ ਹਾਂ, ਜਿਹਨੂੰ ਕਹਿੰਦੀ ਮੈਨੂੰ ਨਹੀਂ ਲੱਗਦਾ ਮੈਂ ਇੱਥੇ ਕੁਛ ਵੀ ਛੱਡਿਆ। ਮੈਂ ਕੁਛ
ਕੁਝ ਨਹੀਂ ਛੱਡਿਆ ਹੋਇਆ ਸਾਰਾ ਕੁਝ ਖਾਦਾ ਹੋਇਆ ਦੇਖ ਲਾ ਹਜੇ ਵੀ ਕਿਵੇਂ ਦੇ ਲੱਗ ਰਿਹਾ ਚਿਪਸ ਹੈ ਕਿ ਕੀ ਹੈ ਪਤਾ ਨਹੀਂ ਕੀ ਆ ਡਿਫਰੈਂਟ ਹੀ ਚੀਜ਼ ਆ ਟ੍ਰਾਈ ਕਰਾਂਗੇ ਚਲੋ ਇਹ ਚਨੇ ਦੇ ਬਣੇ ਹੋਏ ਪਤਾ ਨਹੀਂ ਕੀ ਸਾਲਟੀ ਐਂਡ ਆਫ ਕੋਰਸ ਚਨੇ ਹੀ ਹੋਣਾ ਤੂੰ ਆਮ ਪਾਪੜ ਨਹੀਂ ਬਾਬੇ ਟ੍ਰਾਈ ਕੀਤਾ ਕਦੇ ਨਹੀਂ ਕੀਤਾ ਬਟ ਬਲੈਕ ਆਮ ਪਾਪੜ ਨਹੀਂ ਕੀਤਾ ਬਲੈਕ ਕਦੇ ਆਪਾਂ ਨੇ ਕਰਾਚੀ ਹਲਵਾ ਨਹੀਂ ਕੀਤਾ ਯਸ ਪਾਕਿਸਤਾਨ ਦੀ ਚੀਜ਼ ਵੀ ਹੋ ਜੇ ਇੱਕ ਪਹਿਲਾਂ ਲਈ ਹੋਈ ਆਪਣੇ ਪਾਕਿਸਤਾਨ ਦੀ ਚੀਜ਼ ਚਲਾ ਲਾਉਂਦੇ ਆ ਮੈਂਗੋ ਬਾਰ ਟ੍ਰਾਈ ਕੀਤੀ ਬਟ ਹੌਟ ਐਂਡ ਸਾਵਰ ਨਹੀਂ ਕੀਤੀ ਦੋ ਆਹ ਕਰਾਚੀ ਹਲਵਾ ਕੱਢ ਰਹੇ ਹਾਂ ਕਿਉਂਕਿ ਇਹ ਪੈਕਡ ਆ ਅਤੇ ਇੱਥੋਂ ਅਸੀਂ ਫਰੈਸ਼ ਲੈ ਰਹੇ ਹਾਂ ਫਰੈਸ਼ ਨਾਲ ਟਰਾਈ ਕਰਾਂਗੇ ਹੁਣ ਕਿਹਨੂੰ ਲਓ ਜੀ ਗਾਇਸ ਸਮਾਨ ਆਪਾਂ ਲੈ ਲਿਆ ਉਹ ਵੀ ਦੇਖਦੇ ਹੋਣੇ ਬਾਬੇ ਵੀ ਇਹ ਕਿਹੋ ਜਿਹਾ ਸਮਾਨ ਲੈਣਾ ਨਾ ਕੋਈ ਖਾਣ ਪੀਣ ਵਾਲੀ ਚੀਜ਼ ਚੱਜ ਦੀ ਨਾ ਕੁਛ ਹੋਰ ਹੈ ਨਾ ਕਿਉਂਕਿ ਸਾਰੀ ਉਲਟ ਪੁਲਟ ਇਹ ਚੀਜ਼ਾਂ ਲਈਆਂ ਨੇ ਜਿਵੇਂ ਆਪਾਂ ਗਰੋਸਰੀ ਲੈ ਕੇ ਆਉਂਦੇ ਹੁਣ ਇੰਡੀਅਨ ਸਟੋਰ ਤੋਂ ਉੱਦਾਂ ਦਾ ਕੁਛ ਵੀ ਨਹੀਂ ਹੈਗਾ ਉਸ ਵਿੱਚ ਤਾਂ ਹੁਣ ਕਿਤੇ ਆਹ ਹੀ ਕੁਛ ਖਾਂਦੇ ਆ ਸੋ ਨਾਓ ਵੀ ਆਰ ਐਟ ਸਟਾਰਬਕਸ ਅਤੇ ਹਬੀ ਜੀ ਲੈ ਕੇ ਆਏ ਨੇ ਸਟਾਰਬਕਸ ਕਿਉਂਕਿ ਮੈਂ ਥੋੜ੍ਹਾ ਜਿਹਾ ਲੋ ਫੀਲ ਕਰ ਰਹੀ ਸੀ ਐਂਡ ਸੋ ਗਾਇਸ ਗਿਨੋ ਅੱਜ ਥੋੜੀ ਬਿਮਾਰ ਸੀਗੀ ਫਿਰ ਮੈਂ ਚੱਲ ਤੁਹਾਨੂੰ ਅੱਜ ਕਾਫੀ ਡੇਟ ਤੇ ਲੈ ਕੇ ਚੱਲਦੇ ਆ ਚਲੋ ਚਲੇ ਫਿਰ ਘਰੇ ਆ ਕੇ ਹਰੇ ਚੀਜ਼ਾਂ ਵੀ ਟਰਾਈ ਕਰਨੀਆਂ ਨੇ ਤੇ ਆਪਾਂ ਆਇਆ ਹਸਬੰਡ ਦੀ ਫੇਵਰਿਟ ਜਗ੍ਹਾ ਸਟਾਰਬਕਸ ਕਿਉਂਕਿ ਇੱਥੇ ਮਾਚਾ ਮਿਲਦਾ ਆ ਸਟਾਰਬਕਸ ਵਾਲੇ ਨਵੇਂ ਕੱਪ ਜੇ ਕੱਢੇ ਆ ਕਿੰਨੇ ਕਿਊਟ ਆ ਨਾ ਸਾਰੇ ਉਹ ਬਹੁਤ ਕਿਊਟ ਆ ਆ ਸਭ ਤੋਂ ਜ਼ਿਆਦਾ ਕਿਊਟ ਆ ਬਟ ਇੱਕ ਛੋਟਾ ਹੀ ਕਿੰਨਾ ਮਹਿੰਗਾ ਆ ਬਾਬੇ 30 ਡਾਲਰ ਦਾ ਛੋਟੂ ਹੀ ਆ ਮੈਨੂੰ ਲੱਗਦਾ ਨਵੀਂ ਲੱਗੀ ਕੰਮ ਤੇ ਹਾਂ ਮੈਂ ਗਿਨੂ ਨੂੰ ਕਿਹਾ ਮੈਂ ਗਿਨੂ ਆਪਾਂ ਕਿਤੇ ਘੁੰਮ ਕੇ ਆਉਣੇ ਆ ਕਹਿੰਦੀ ਕਿੱਥੇ ਇੰਡੀਆ ਜਦੋਂ ਵੀ ਇਹਨੂੰ ਕਿਤੇ ਘੁੰਮਣ ਦੀ ਗੱਲ ਯਾਦ ਆਉਂਦੀ ਨਾ ਹਮੇਸ਼ਾ ਹੀ ਕਹਿੰਦੀ ਆਪਾਂ ਇੰਡੀਆ ਚੱਲੀਏ ਆਪਾਂ ਇੰਡੀਆ ਚੱਲੀਏ ਮਤਲਬ ਜਦੋਂ ਕੰਟਰੀ ਆਊਟ ਦੀ ਗੱਲ ਹੁੰਦੀ ਹੈ ਨਾ ਮੇਰੇ ਦਿਮਾਗ 'ਚ ਇੰਡੀਆ ਹੀ ਆਉਂਦਾ ਜੇ ਤੁਸੀਂ ਮੈਨੂੰ ਆਪਸ਼ਨ ਦਿਓ ਪੈਰਿਸ ਜਾਣਾ ਜਾਂ ਇੰਡੀਆ ਜਾਣਾ ਮੈਂ ਇੰਡੀਆ ਹੀ ਕਹੂੰਗੀ ਇੰਨਾ ਪਸੰਦ ਹੈ ਇੰਡੀਆ ਆਈ ਕੀ ਕਰਨ ਸੀ ਫਿਰ ਨਹੀਂ ਉਹ ਵਿਚਾਰੇ ਸ਼ੂਗਰਾਂ ਪਾ ਕੇ ਦਿੰਦੇ ਪਹਿਲਾਂ ਵੀ ਦੋ ਪਵਾਈਆਂ ਹੁਣ ਦੋ ਹੋਰ ਇਹ ਸਾਰਦੇ ਨਹੀਂ ਸ਼ੂਗਰ ਬਹੁਤ ਪੀਂਦੀਆਂ ਕਹਿੰਦੇ ਤੁਸੀਂ ਸੀਰੀਅਸਲੀ ਹੁਣ ਇਹ ਆਹ ਡਰਿੰਕ ਪੀ ਕੇ ਡੇ ਨੇ ਹੁਣ ਦੂਜੀ ਡਰਿੰਕ ਵੀ ਲਿਆਂਦੀ ਹੈ ਹੁਣੇ ਤਾਂ ਆਪ ਹੀ ਗੇਟੇ ਹੋ ਓਏ ਇਹ ਮੈਂ ਜਿਹੜੀ ਨੈਕਸਟ ਜਗ੍ਹਾ ਤੇ ਜਾਊਂਗਾ ਨਾ ਉੱਥੇ ਮੈਂ ਉਹਦੇ ਨਾਲ ਖਾਣ ਪੀਣ ਨਾਲ ਇਹ ਖਾਊਂ ਇਹ ਪੀਊਂਗਾ ਲੈ ਜਿਵੇਂ ਕਦੇ ਟ੍ਰਾਈ ਨਹੀਂ ਕੀਤੀ ਵੀ ਸੀਰੀਅਸਲੀ ਗਾਇਸ ਮੈਨੇ ਕਾਫੀ ਲੋਕਾਂ ਦੇ ਸਨੈਪਚੈਟ ਵਗੈਰਾ ਤੇ ਸਾਰੀ ਜਗ੍ਹਾ ਦੇਖ ਲੋਕ ਆ ਟ੍ਰਾਈ ਕਰ ਰਹੇ ਹੁੰਦੇ ਟ੍ਰਸਟ ਮੀ ਮੈਂ ਫਸਟ ਟਾਈਮ ਟ੍ਰਾਈ ਕਰ ਰਿਹਾ ਇਹ ਕਿਹੜੀ ਆ ਕਾਫੀ ਵਗੈਰਾ ਤਾਂ ਪੀਂਦਾ ਰਹਿਣਾ ਚਿਕਨ ਹਿਬਿਸਕਸ ਟੀ ਲੈਮਨ ਅੱਛਾ ਫਸਟ ਟਾਈਮ ਟ੍ਰਾਈ ਕਰਨਾ ਤੇ ਮੈਂ ਤੁਹਾਨੂੰ ਦੱਸੂਗਾ ਇਹ ਕੰਡੇ ਤੇ ਹੋ ਗਈ ਕਾਫੀ ਪੀ ਕੇ ਕੰਡੇ ਤੇ ਹੋ ਗਈ ਹੁਣ ਨਹੀਂ ਦੱਬਦੀ ਇਹ ਮੈਨੂੰ ਪਤਾ ਇਹਦਾ ਬਾਹਰਲੀ ਕਾਫੀ ਤੈਨੂੰ ਹੀ ਬਾਲੀ ਹਿੱਟ ਕਰਦੀ ਆ ਤੇ ਰਾਤ ਨੂੰ ਆ ਮੈਨੂੰ ਰਾਤ ਨੂੰ ਚੱਕਰ ਆਉਣੇ ਹੁਣ ਅਸੀਂ ਆਏ ਆ ਜੀ ਮੈਡ ਮੈਕਸ ਤੇ ਮੈਡ ਮੈਕਸ ਤੇ ਗਾਇਸ ਪਤਾ ਨਹੀਂ ਮੈਨੂੰ ਉਹ ਜਿਹੜਾ ਮੈਲਟਡ ਚੀਜ਼ ਜਿਹਾ ਪਾ ਕੇ ਮੈਂ ਇੱਕ ਵਾਰ ਨਾਚੋਸ ਖਾਦੇ ਸੀਗੇ ਤੇ ਮੈਨੂੰ ਇੰਨੇ ਵਧੀਆ ਲੱਗੇ ਫਿਰ ਮੈਂ ਇੱਥੇ ਖਾਣਾ ਪਹਿਲਾਂ ਦੂਸਰੀ ਚੀਜ਼ ਨਾ ਖਾਂਦਾ ਸੀ ਹਾਂਜੀ ਹਾਂਜੀ ਸਾਨੂੰ ਪਤਾ ਤੁਹਾਨੂੰ ਇੱਥੋਂ ਦੀ ਪਸੰਦ ਆ ਤੁਸੀਂ ਖਾਓ ਆ ਜਾਓ ਪਹਿਲਾਂ ਉਹ ਦੂਸਰੀ ਚੀਜ਼ ਨਾ ਖਾਂਦਾ ਸੀਗਾ ਮੈਂ ਉਹ ਮੈਨੂੰ ਸਵਾਦ ਨਹੀਂ ਲੱਗਦਾ ਸੀ ਇੱਕ ਦਿਨ ਮੈਲਟਡ ਚੀਜ਼ ਨਾ ਖਾਦੇ ਤਾਂ ਮੈਨੂੰ ਬਹੁਤ ਸਵਾਦ ਲੱਗਦਾ ਮੈਂ ਤੇ ਜ਼ਰੂਰ ਆਉਣਾ ਐਂ ਹੋਮੀਸ ਨੇ ਵੀ ਮੰਗਾਇਆ ਤੇ ਉਹਨਾਂ ਲਈ ਵੀ ਲੈ ਕੇ ਜਾਣਾ ਓਕੇ ਲਾ 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 ਇੰਨੀ ਤੇਜ਼ੀ ਇੰਨੀ ਤੇਜ਼ੀ ਹੈਲੋ ਟ੍ਰਾਈ ਨੀ ਕੀਤੀਆਂ ਤੂੰ ਕੀਤੀਆਂ ਚਨਾ ਚੋਰ ਬਨਾਨਾ ਚਿਪਸ ਆਮ ਬਨਾਨਾ ਰੀਅਲ ਜੂਸ ਦਾ ਮੈਂ ਕਦੇ ਸੁਣਿਆ ਨਹੀਂ ਇਹ ਸੁਣਿਆ ਨਹੀਂ ਆ ਕੀ ਸੀਗਾ ਇਹਦਾ ਨਾਮ ਇਹ ਪਾਕਿਸਤਾਨੀ ਹਲਵਾ ਨਹੀਂ ਪਾਕਿਸਤਾਨੀ ਹਲਵਾ ਨਹੀਂ ਪਾਕਿਸਤਾਨ ਚ ਜਗ੍ਹਾ ਹੈ ਕਰਾਚੀ ਹਲਵਾ ਆ ਕੀ ਆ ਇਹ ਪਤਾ ਨਹੀਂ ਕੀ ਆ ਬੱਕਰੀ ਖੋਲ ਕੇ ਦੇਖ ਹਾਂ ਹਾਂ ਦੇਖ ਖੋਲ ਕੇ ਬੱਕਰੀ ਹੈ ਬੱਕਰੀ ਸੋ ਇਹ ਆ ਬੱਕਰੀ ਬੱਕਰੀ ਕੋਰੀਐਂਡਰ ਚਿਲੀ ਪਤਾ ਨਹੀਂ ਕੀ ਹੈ ਇਹ ਦੇਖੋ ਬੱਕਰੀ ਬੱਕਰੀ ਬਹੁਤ ਸਵਾਦ ਆ ਵਧੀਆ ਤਾਂ ਹੈ ਇਹਦਾ ਟੇਸਟ
ਮੱਠੀ ਵਰਗਾ ਨਾ ਮੱਠੀ ਹੁੰਦਾ ਹੈਗਾ ਟੇਸਟ ਮੇਥੀ ਆ ਮੇਥੀ ਪਾਈ ਹੈ ਮੇਥੀ ਵੀ ਨਹੀਂ ਹੈਗੇ ਕੁਝ ਸੈਸਮੇ ਸੀਡ ਦਾ ਟੇਸਟ ਆ ਰਿਹਾ ਮੜਾ ਜਾ ਆ ਰਿਹਾ ਆ ਤੇ ਸਵਾਲ ਲੱਗੀ ਕੀ ਪਾਸ ਆ ਵੀਡੀਓ ਰਿਕਾਰਡ ਕਰ ਲਈ ਅਗਲੀ ਵਾਰ ਪੁੱਛਣਾ ਨੈਕਸਟ ਕੀ ਕਰਨਾ ਬਣਾਣਾ ਚਿਪਸ ਅੰਡੋ ਬਹੁਤ ਆ ਮੈਨੂੰ ਵੀ ਲੱਭੀ ਜਾਂਦੀ ਆ ਮੈਂ ਤਾਂ ਗੱਡੀ ਚ ਉੱਟ ਕੇ ਆਉਣ ਨੂੰ ਜੀ ਨਹੀਂ ਕਰ ਰਿਹਾ ਸੀ ਗਰਮ ਸੀਟ ਕੀਤੀ ਹੋਈ ਸੀ ਆ ਲੈ ਤੂੰ ਬਣਾਣਾ ਚਿਪਸ ਇਹਦਾ ਹੋ ਲੱਗੇ ਫੋਕੇ ਜੀ ਮੈਨੂੰ ਵੀ ਫੋਕੇ ਲੱਗੇ ਮੈਨੂੰ ਇਹ ਵਧੀਆ ਨਹੀਂ ਲੱਗੇ ਨਾ ਐਡੀ ਗੱਲ ਬਾਤ ਨਹੀਂ ਲੱਗੀ ਇਹਦਾ ਨਾ ਨੂਨ ਨਾ ਮਿਰਚ ਨਾ ਮਿੱਠਾ ਹੈ ਨਹੀਂ ਨਾ ਕੰਮ ਦੀ ਚੀਜ਼ ਕੋਈ ਟੇਸਟ ਨਹੀਂ ਕੋਈ ਫਲੇਵਰ ਨਹੀਂ ਕੋਈ ਵੀ ਫਲੇਵਰ ਚਨਾ ਚੋਰ ਚਨਾ ਚੋਰ ਅਬੇ ਠੰਡ ਵਾਦਾ ਠੰਡ ਸੱਚੀ ਬਾੜੀ ਜਾ ਠੰਡਾ ਹੋ ਗਿਆ ਇੰਡੀਆ ਲੱਗ ਰਹੀ ਆ ਇੰਡੀਆ ਵਾਲਿਆਂ ਨੂੰ ਕਿਵੇਂ ਲੱਗ ਰਹੀ ਹੋਣੀ ਨਾ ਗਰਮੀ ਚ ਠੰਡ ਆਹ ਹਾਲ ਆ ਇੰਡੇ ਦੀ ਕਦੋਂ ਮੇਰੇ ਕੋਲ ਕੀ ਆਉਗੀ ਕੀ ਆ ਚਨਾ ਚੋਰ ਕੀ ਆ ਇਹ ਵਧੀਆ ਇਹ ਵਧੀਆ ਵਧੀਆ ਕਾਲੇ ਚਨੇ ਦੇ ਚਿਪਸ ਨੇ ਕਾਲੇ ਚਨੇ ਦੇ ਚਿਪਸ ਨੇ ਆ ਜੀ ਵਧੀਆ ਵਧੀਆ ਫਸਟ ਟਾਈਮ ਖਾਦੇ ਕਾਲੇ ਚਨੇ ਦੇ ਚਿਪਸ ਨਾਈਸ ਬਟ ਸਪਾਈਸੀ ਆ ਥੋੜਾ ਇਹ ਤਾਂ ਬਹੁਤ ਸਪਾਈਸੀ ਆ ਚਨਾ ਚੋਰ ਤਾਂ ਹੈ ਆ ਜਿਆਦਾ ਹੁੰਦੇ ਆ ਟਕਾ ਟਕ ਖਾਦੇ ਤੁਸੀਂ ਕੁਰਕਰੇ ਨਹੀਂ ਇਹ ਟਕਾ ਟਕ ਇਹਦਾ ਮੈਨੂੰ ਆਈਡੀਆ ਵੀ ਆਉਂਦੇ ਸੀ ਇੰਡੀਆ ਸਭ ਇਹ ਫੇਲ ਆ ਸਮ ਤਾਂ ਸੋਚ ਰਹੀ ਖਾਵਾ ਇਹਦਾ ਨਕਸ਼ਾ ਜਿਹਨੂੰ ਚੜਦੇ ਆ ਇਹਦਾ ਨਕਸ਼ਾ ਨੂੰ ਚੜਦੇ ਆ ਇਹਦੀ ਪਾ ਖਵਾਜੋ ਇਹਨੂੰ ਨਹੀਂ ਸਵਾਦ ਲੱਗੇ ਨਹੀਂ ਸਵਾਦ ਨਹੀਂ ਫੇਲ ਆ ਫੇਲ ਕੈਨਸਲ ਫੜ सीरियसली स्पाइसी बाद च लगदी मिर्च एक बार नहीं लगदी मेनू लगी नहीं सीसी वाली तां अरे पाकिस्तानी की है ये ड्रिंक आ जम नहीं हुंदी आ फालसा फालसा तो कलर हुंदा सी फालसा कलर ते सूट हुंदे सी उनका स्वाद आ पूरी पिक्चर देखो नहीं पड़ी यार ब्राउन जा कलर जामना दा जामना दा जामना वधिया ठीक है पाकिस्तान तो बने हुआ है इंसान लगा हाँ बढ़िया गिन्नू इंसान लगा बाला दिखाई नहीं मर गया ठीक है बढ़िया आज ही तो मैं सवाल तो सीसी कर रहे हैं नाले हाँ मेरे मुंह लग गई बाली मैच तो आज सवाल है गिन्नू नाइस ਆ ਵਧੀਆ ਚੀਜ਼ ਹੈ ਇਹ ਵਧੀਆ ਹੁਣ ਦੋ ਚੀਜ਼ਾਂ ਪਾਸ ਹੋਈਆਂ ਨੇ ਇੱਕ ਤਾਂ ਆ ਲੈ ਕੇ ਆ ਚਾਹਣੀ ਇੱਕ ਆ ਬਲੈਕ ਆ ਪਾਪੜ ਖਾਈਏ ਹੁਣ ਮਸਾਲਾ ਮਸੂਲਾ ਰਹਿਣ ਦੇ ਬਾਬੇ ਮੈਂ ਤਾਂ ਹੀ ਖਾਊਂਗਾ ਬਿਨਾ ਮਸਾਲੇ ਤੋਂ ਆ ਕੋਈ ਨਾ ਜਾਓ ਆ ਕਿਹੜੀ ਚੀਜ਼ ਆ ਇਹ ਫਲੇਵਰ ਉਹ ਪੀਲਾ ਜਿਹੜੀ ਚੀਜ਼ ਅੰਗਰੇਜ਼ ਆ ਕਿਹੜੀ ਉਹ ਨਹੀਂ ਆ ਇਹ ਤਾਂ ਖਾਣ ਨੂੰ ਦੇਖਣ ਨੂੰ ਜੀ ਕਰਦਾ ਖਾਵਾਂ ਇਹ ਬਲੈਕ ਆ ਕਿਵੇਂ ਲੱਗੇ ਇਹਨੂੰ ਨਾਈਸ ਆ ਦੂਜੇ ਆਮ ਪਰ ਆਮ ਪਾਪੜ ਵਰਗੇ ਹੀ ਹੈ ਚ ਕੀ ਆ ਦੂਜੇ ਵਰਗਾ ਨਹੀਂ ਗਿੰਨੂ ਦੂਜੇ ਆਮ ਬਹੁਤ ਜ਼ਿਆਦਾ ਖੱਟਾ ਹੁੰਦਾ ਮੈਨੂੰ ਤਾਂ ਵਧੀਆ ਲੱਗਿਆ ਸਵਾਦ ਆ ਹੁੰਦਾ ਸਵਾਦ ਆ ਹਾਂ ਹਾਂ ਨਾ ਇਹਨਾਂ ਦੇ ਉਹ ਕੋਈ ਨਹੀਂ ਨਮਕ ਉੱਤੇ ਇਹ ਆ ਸੀਗਾ ਆ ਮਸਾਲਾ ਤੁਸੀਂ ਸਟੀਲ ਨੇ ਸਾਰਾ ਕੁਝ ਖਾਦਾ ਹੋਇਆ ਕਿ ਨਮਕ ਆਉਂਦਾ ਉੱਤੇ ਹਾਂ ਇਸ ਕੀ ਦਿੱਤ ਖਾਦਾ ਹੈ ਇਹਦਾ ਉਹਦਾ ਬਿਕਾਲ ਦੀ ਮਿੱਠਾ ਮੇਰਾ ਮੇਰਾ ਚਟਕੋਰਾ ਹੋਣਾ ਮੈਂ ਤਾਂ ਬਹੁਤ ਚੀਜ਼ੀਆਂ ਖਾਂਦੀ ਸੀ ਇਹਨੇ ਨਮਕ ਵੀ ਆਉਂਦਾ ਪਤਾ ਸਾਰਾ ਕੁਝ ਬਈ ਬਲੈਕ ਆਮ ਪਾਪੜ ਪਸੰਦ ਆਇਆ ਵਧੀਆ ਮੈਨੂੰ ਵੀ ਵਧੀਆ ਲੱਗਿਆ ਇਹ ਆਮ ਪਾਪੜ ਥੋੜੀ ਆ ਇਹ ਮੈਂਗੋ ਬਾਰ ਆ ਹਾਟ ਐਂਡ ਸਾਵਰ ਆ ਆ
ਪਹਿਲਾਂ ਬਲੈਂਕ ਜੀ ਹੋ ਗਈ थोड़ा दियो मेनू थोड़ा ਵਧੀਆ ਲੱਗਿਆ ਹਲਵੇ ਵਰਗਾ ਹਲਵੇ ਵਰਗਾ ਪਤਾ ਨਹੀਂ ਲੱਗਦਾ ਹਲਵੇ ਦੀ ਬਰਫੀ ਬਣਾ ਰੱਖੀ ਇਹਨਾਂ ਨੇ ਹੂੰ ਇਹ ਜੈਲੀ ਜੀ ਟਾਈਪ ਦਾ ਤਾਂ ਲੱਗ ਰਿਹਾ ਜੈਲੀ ਜੀ ਬਣਾ ਦੀਗਾ ਹੂੰ ਮਿੱਠੀ ਜੈਲੀ ਵਧੀਆ ਲੱਗਿਆ ਹੂੰ ਤੈਨੂੰ ਵਧੀਆ ਵਧੀਆ ਸੋ ਸਭ ਤੋਂ ਜ਼ਿਆਦਾ ਸਵਾਦ ਤਾਂ ਮੈਨੂੰ ਆ ਹੀ ਲੱਗਿਆ ਹੂੰ ਆ ਡਰਿੰਕ ਆ ਜੀ ਦੇ ਲੱਗੇ ਮੈਨੂੰ ਹੂੰ ਹਾਂ ਤੈਨੂੰ ਬੱਕਰੀ ਵਧੀਆ ਲੱਗੀ ਮੈਨੂੰ ਮੈਂਗੋ ਵਾਲੀਆਂ ਵਧੀਆ ਲੱਗੀਆਂ ਤਿੰਨੋਂ ਚੀਜ਼ਾਂ ਮੈਨੂੰ ਆ ਡਰਿੰਕ ਵੀ ਠੀਕ ਲੱਗੀ टक टक भी वधिया लग्या मैनू।